ਪਿਛਲੇ 24 ਘੰਟੇ 'ਚ ਇਹ ਜਿਹੜੇ ਦੋ ਇੰਸੀਡੈਂਟ ਹੋਏ ਹੈ ਇਹਨੇ ਲਗਾਤਾਰ ਸਿੱਖਾਂ ਦੇ ਇਮੇਜ 'ਤੇ ਬਹੁਤ ਵੱਡੀ ਸੱਟ ਮਾਰੀ ਹੈ। ਇੱਥੇ ਹਿੰਦੂ ਸਿੱਖ ਦਾ ਜਿਹੜਾ ਰਿਲੇਸ਼ਨ ਹੈ ਉਹ ਹੋਰ ਤਰ੍ਹਾਂ ਦਾ, ਉਹਦੇ 'ਚ ਭਾਈਚਾਰਾ ਵੀ ਹੈ, ਇਹ ਹਿੰਦੂ ਮੁਸਲਮਾਨ ਵਾਲਾ ਰਿਸ਼ਤਾ ਨਹੀਂ ਹੈ। ਹਿੰਦੂ ਸਿੱਖ ਬਿਲਕੁਲ ਵੱਖਰੀ ਤਰ੍ਹਾਂ ਦਾ ਰਿਸ਼ਤਾ ਹੈ, ਉਹਨੂੰ ਹੁਣ ਮੇਰੇ ਖਿਆਲ 'ਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਹਿੰਦੂ ਸਿੱਖ ਜਿਹੜੀ ਭਾਈਚਾਰਾ ਹੈ ਉਹਨੂੰ ਵਿਸ਼ੀਏਟ ਕਰਨ ਦੇ ਵਿੱਚ ਇਹ ਇੰਸੀਡੈਂਟ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਸਿਰਫ ਇਲੈਕਸ਼ਨ ਦੀ ਗੱਲ ਹੈ ਤਾਂ ਮੇਰੇ ਖਿਆਲ ਦੇ ਵਿੱਚ ਇਹ ਗੇਮ ਬਹੁਤ ਖਤਰਨਾਕ ਹੈ ਅਤੇ ਇਹ ਫਿਰ ਇੱਥੇ ਹੀ ਗੱਲ ਖਤਮ ਨਹੀਂ ਹੋਏਗੀ। ਸ਼ਨੀਵਾਰ ਨੂੰ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਹੈਗਾ ਹੈ ਪ੍ਰਮੁੱਖ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਨੇ ਉੱਥੇ ਇੱਕ ਵਿਅਕਤੀ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ, ਉਸ ਤੋਂ ਬਾਅਦ ਭੀੜ ਵੱਲੋਂ ਉਸਦਾ ਕਤਲ ਕਰ ਦਿੰਦਾ ਅਤੇ ਦੂਜੀ ਘਟਨਾ ਅੱਜ ਜਿਹੜੀ ਹੈਗੀ ਉਹ ਕਪੂਰਥਲਾ ਵਿਖੇ। ਇਹ ਦੋਵੇਂ ਘਟਨਾ ਦੇ ਵਿੱਚ ਜੋ ਵਿਅਕਤੀ ਸਨ ਉਹਨਾਂ ਦੋਹਾਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਦੋ ਘਟਨਾਵਾਂ ਤੋਂ ਬਾਅਦ ਲੋਕਾਂ ਵਿੱਚ ਕਾਫੀ ਗੁੱਸਾ ਹੈ। ਇਸ ਘਟਨਾਵਾਂ ਦਾ ਪ੍ਰਭਾਵ ਕੀ ਰਹੇਗਾ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਜਗਤਾਰ ਸਿੰਘ ਜੀ ਨਾਲ ਜੋ ਸੀਨੀਅਰ ਪੱਤਰਕਾਰ ਨੇ। ਇਹ ਦੋ ਘਟਨਾਵਾਂ ਨੂੰ ਤੁਸੀਂ ਕਿਸ ਨਜ਼ਰੀ ਨਾਲ ਦੇਖਦੇ ਹੋ? ਦੇਖੋ, ਮੈਨੂੰ ਇਹਨਾਂ ਘਟਨਾਵਾਂ ਦੇ ਵਿੱਚ ਇੱਕ ਪੈਟਰਨ ਇਮਰਜ ਹੁੰਦਾ ਲੱਗ ਰਿਹਾ। ਆਪਾਂ ਪਿੱਛੇ ਝਾਤ ਮਾਰੀਏ, ਉਸ ਤੋਂ ਪਹਿਲਾਂ ਅਨੰਦਪੁਰ ਸਾਹਿਬ ਇਹ ਘਟਨਾ ਹੋਈ ਸੀ ਅਤੇ ਸਿੰਘਾਂ ਨੇ ਫੜ ਕੇ ਉਸ ਇਨਸਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ ਅਤੇ ਪੁਲਿਸ ਨੇ ਬਾਅਦ ਦੇ ਵਿੱਚ ਕਹਿ ਦਈਏ ਤਾਂ ਮੈਂਟਲੀ ਇੰਬੈਲੈਂਸ ਹੈ ਅਤੇ ਦਿਮਾਗ ਹਿੱਲਿਆ ਹੋਇਆ। ਕੱਲ੍ਹ ਦਰਬਾਰ ਸਾਹਿਬ ਦੇ ਵਿੱਚ ਜਿਸ ਜੋ ਕੁਝ ਹੋਇਆ ਉਹ ਇਤਿਹਾਸ ਦੀ ਆਪਣੇ ਆਪ ਦੇ ਵਿੱਚ ਇੱਕ ਪਹਿਲੀ ਐਸੀ ਘਟਨਾ ਹੈ। ਮੈਂ ਕਦੇ ਕਿਤੇ ਨਹੀਂ ਪੜ੍ਹਿਆ ਕਿ ਕੋਈ ਇਨਸਾਨ ਇਸ ਤਰੀਕੇ ਨਾਲ ਜੋ ਤੋਂ ਜੰਗਲਾਂ ਲੱਗਿਆ ਟੱਪ ਕੇ ਕਦੇ ਛਾਲ ਮਾਰ ਕੇ ਇਸ ਤਰ੍ਹਾਂ ਅੰਦਰ ਗਿਆ ਹੋਵੇ ਅਤੇ ਕਿਸੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੋਵੇ। ਇਹ ਜਿਸ ਤਰ੍ਹਾਂ ਪਲੈਨ ਕਰਕੇ ਅਤੇ ਇਹਨੂੰ ਪੂਰਾ ਬਰੀਫ ਕਰਕੇ ਭੇਜਿਆ ਹੁੰਦਾ ਹੈ, ਛਾਲ ਮਾਰੀ ਸਿੱਧਾ ਸ੍ਰੀ ਸਾਹਿਬ 'ਤੇ ਚੱਕੀਏ ਨੇ ਨਾਲ ਹੀ ਫੜਿਆ ਗਿਆ ਅਤੇ ਜਦੋਂ ਸੇਵਾਦਾਰਾਂ ਨੇ ਇਹਨੂੰ ਫੜਿਆ ਕੁਝ ਬੋਲ ਰਿਹਾ ਸੀ ਉਦੋਂ। ਹੁਣ ਇਹਦੇ ਪਿੱਛੇ ਕੌਣ ਹੈ ਅਤੇ ਕਿਹਨੂੰ ਫਾਇਦਾ ਹੁੰਦਾ ਹੈ ਇਹ ਦੇਖਣ ਵਾਲੀ ਗੱਲ ਹੈ। ਕੁਛ ਘੰਟੇ ਬਾਅਦ ਸਵੇਰੇ ਅੱਜ ਕਪੂਰਥਲੇ ਦੇ ਇੱਕ ਪਿੰਡ ਦੇ ਵਿੱਚੋਂ ਇਹੀ ਘਟਨਾ ਵਾਪਰੀ ਸਰਕੂਲੇਟ ਹੁੰਦੀ ਹੈ ਸੋਸ਼ਲ ਮੀਡੀਆ 'ਤੇ ਅਤੇ ਬੰਦਾ ਜਿਉਂਦਾ ਫੜਿਆ ਉਹਨਾਂ ਨੇ। ਜਦੋਂ ਸੋਸ਼ਲ ਮੀਡੀਆ 'ਤੇ ਇੰਟਰੋਗੇਸ਼ਨ ਵੀ ਹੁਣ ਤਾਂ ਸਾਰੀ ਸਾਹਮਣੇ ਆ ਰਹੀ ਹੈ, ਬੜੇ ਆਰਾਮ ਨਾਲ ਉਹਨੂੰ ਪੁੱਛਿਆ ਜਾ ਰਿਹਾ ਵੀ ਤੂੰ ਕੌਣ ਹੈ, ਕਿੱਥੋਂ ਆਇਆ, ਉਹ ਕੋਈ ਜਵਾਬ ਠੀਕ ਤਰ੍ਹਾਂ ਦੇ ਨਹੀਂ ਰਿਹਾ। ਹੁਣ ਇਸ ਸਾਰੇ ਘਟਨਾ ਦੇ ਪਿੱਛੇ ਕੀ ਹੈ? ਇਹ ਲੋਕ ਗੁਰਦੁਆਰਿਆਂ ਵਿੱਚ ਹੀ ਕਿਉਂ ਆ ਰਿਹਾ ਅਤੇ ਗੁਰਦੁਆਰਿਆਂ ਵਿੱਚ ਹੀ ਇਹ ਘਟਨਾਵਾਂ ਕਿਉਂ ਹੋ ਰਹੀਆਂ? ਕਿਸਾਨ ਅੰਦੋਲਨ ਨੇ ਸਿੱਖਾਂ ਦਾ ਖਾਸ ਕਰਕੇ ਜਿਹੜਾ ਇਮੇਜ ਹੈ ਗਲੋਬਲ ਲੈਵਲ 'ਤੇ ਇਹ ਬਹੁਤ ਹੀ ਪੋਜ਼ੀਟਿਵ ਢੰਗ ਨਾਲ ਪੇਸ਼ ਕੀਤਾ ਸੀਗਾ ਕਿ ਇਹ ਕੌਮ ਦੂਸਰਿਆਂ ਦਾ ਦੁੱਖ ਦਰਦ ਸਮਝਦੀ ਹੈ ਅਤੇ ਸੇਵਾ ਭਾਵਨਾ 'ਚ ਯਕੀਨ ਕਰਦੀ ਹੈ। ਪਿਛਲੇ 24 ਘੰਟੇ 'ਚ ਇਹ ਜਿਹੜੇ ਦੋ ਇੰਸੀਡੈਂਟ ਹੋਏ ਹੈ ਇਹਨੇ ਲਗਾਤਾਰ ਸਿੱਖਾਂ ਦੇ ਇਮੇਜ 'ਤੇ ਬਹੁਤ ਵੱਡੀ ਸੱਟ ਮਾਰੀ ਹੈ ਕਿਉਂਕਿ ਦੋਵਾਂ ਕੇਸਾਂ ਦੇ ਵਿੱਚ ਵੀ ਜਿਹੜੇ ਅਕਿਊਜ਼ ਹੈ ਇਹਨਾਂ ਨੂੰ ਲੋਕਾਂ ਨੇ ਘੁੱਟ ਕੇ ਮਾਰ ਦਿੱਤਾ। ਹੁਣ ਗੱਲ ਮੈਂ ਜਿਹੜੀ ਸ਼ੁਰੂ ਕੀਤੀ ਸੀ ਵੀ ਇਹਦਾ ਫਾਇਦਾ ਕਿਉਂ ਹੈ? ਇਲੈਕਸ਼ਨ ਤਾਂ ਹੁਣ ਨੇੜੇ ਸਿਰ 'ਤੇ ਆ ਗਈ। 15 ਦੇ ਵਿੱਚ ਜਦੋਂ ਬਰਗਾੜੀ ਦੇ ਵਿੱਚ ਹੋਇਆ ਉਦੋਂ ਇਲੈਕਸ਼ਨ ਸਿਰ 'ਤੇ ਨਹੀਂ ਸੀਗੀ,
ਲੇਕਿਨ ਐਫਰਟ ਪੋਲਰਾਈਜ਼ ਕਰਦੀ ਸ਼ੁਰੂ ਹੋ ਗਈ ਸੀ। ਪੰਜਾਬ ਇਹ ਦੁਖਾਂਤ ਪਹਿਲੀ ਵਾਰ ਨਹੀਂ ਪੁੱਤ ਰਿਹਾ। ਹੁਣ ਜਿਹੜੀਆਂ ਘਟਨਾਵਾਂ ਹੋ ਰਹੀਆਂ ਇਹਨਾਂ ਪਿੱਛੇ ਅੱਜ ਤੱਕ ਬਰਗਾੜੀ ਤੋਂ ਲੈ ਕੇ ਅੱਜ ਤੱਕ ਕਿਸੇ ਨੂੰ ਕੁਛ ਨਹੀਂ ਪਤਾ ਵੀ ਹੁਣ ਤੱਕ ਕੀ ਵਾਪਰਿਆ। ਤਾਂ ਜੀ ਇਹ ਜਿਹੜੀਆਂ ਇਹ ਘਟਨਾਵਾਂ ਜਿਹੜੀ ਦੋ ਪਰਟੀਕੁਲਰ ਮੈਂ ਗੱਲ ਕਰਾਂ, ਹਾਲਾਂਕਿ ਜਿਵੇਂ ਤੁਸੀਂ ਦੱਸਿਆ ਕਿ ਲੰਮਾ ਇਤਿਹਾਸ ਹੈ ਕਿ ਘਟਨਾਵਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਹੈਗੀਆਂ ਨੇ ਅਤੇ ਕੁਛ ਵੀ ਨਹੀਂ ਹੋਇਆ ਇਹਦੇ ਬਾਰੇ, ਦੋਸ਼ੀਆਂ ਪਤਾ ਨਹੀਂ ਲੱਗੇ ਵੀ ਕੌਣ ਹੈਗੇ ਨੇ। ਚੋਣਾਂ ਬਿਲਕੁਲ ਨੇੜੇ ਹੈ, ਇਸ ਮੌਕੇ ਦੇ ਉੱਤੇ ਇਹਨਾਂ ਦੋ ਘਟਨਾਵਾਂ ਦਾ ਹੋਣਾ ਔਰ ਉਹਦਾ ਪ੍ਰਭਾਵ ਜੋ ਹੈਗਾ ਉਹਨੂੰ ਤੁਸੀਂ ਕਿਸ ਪੱਖ ਤੋਂ ਦੇਖਦੇ ਹੋ? ਜਿਹੜੀ ਮੈਨੂੰ ਜਿੰਨੀ ਕੁ ਸਮਝ ਆਉਂਦੀ ਉਹ ਇਹ ਹੈ ਕਿ ਇਹ ਹਿੰਦੂ ਸਿੱਖ ਜਿਹੜੀ ਭਾਈਚਾਰਾ ਹੈ ਉਹਨੂੰ ਵਿਸ਼ੀਏਟ ਕਰਨ ਦੇ ਵਿੱਚ ਇਹ ਇੰਸੀਡੈਂਟ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਮੇਰੇ ਖਿਆਲ 'ਚ ਇੱਕ ਡੀਪਰ ਕੰਸਪੀਰੇਸੀ ਪੰਜਾਬ ਨੂੰ ਡੀਸਟੇਬਲਾਈਜ਼ ਕਰਨ ਦੀ ਸ਼ੁਰੂ ਹੋ ਚੁੱਕੀ ਹੈ। ਇਹਦਾ ਫਾਇਦਾ ਕਿਸੇ ਨੂੰ ਹੋਣਾ ਜੇ ਪੰਜਾਬ ਪੋਲਰਾਈਜ਼ ਹੋਵੇ? ਜਿਹੜਾ ਕਿ ਨਹੀਂ ਹੋਣਾ ਮੇਰੇ ਖਿਆਲ ਦੇ ਵਿੱਚ। ਕਿ ਕੀ ਇਹਦਾ ਅਸਰ ਕਿਤੇ ਯੂਪੀ ਤਾਂ ਨਹੀਂ ਦੇਖਣਾ ਚਾਹੁੰਦੇ? ਜੇ ਸਿਰਫ ਇਲੈਕਸ਼ਨ ਦੀ ਗੱਲ ਹੈ ਤਾਂ ਮੇਰੇ ਖਿਆਲ ਦੇ ਵਿੱਚ ਇਹ ਗੇਮ ਬਹੁਤ ਖਤਰਨਾਕ ਹੈ ਅਤੇ ਇਹ ਫਿਰ ਇੱਥੇ ਹੀ ਗੱਲ ਖਤਮ ਨਹੀਂ ਹੋਏਗੀ। ਪੰਜਾਬ ਨੇ ਪਹਿਲਾਂ ਬਹੁਤ ਸੰਤਾਪ ਭੁਗਤਿਆ ਹੈ, ਇਕੱਲੇ ਪੰਜਾਬ ਨੇ ਨਹੀਂ, ਦੇਸ਼ ਨੇ ਹੀ ਭੁਗਤਿਆ ਹੈ। ਇੱਕ ਪ੍ਰਾਈਮ ਮਿਨਿਸਟਰ ਦੀ ਜਾਨ ਗਈ ਹੈ, ਪਾਰਟੀ ਦੇ ਪ੍ਰਧਾਨ ਦੀ ਜਾਨ ਗਈ ਹੈ, ਇੱਕ ਐਕਸ ਆਰਮੀ ਚੀਫ ਦੀ ਜਾਨ ਗਈ ਹੈ, ਇੱਕ ਚੀਫ ਮਿਨਿਸਟਰ ਦੀ ਜਾਨ ਗਈ ਹੈ। ਉਸ ਦੁਖਾਂਤ ਨੇ ਇੰਨੀਆਂ ਜਾਨਾਂ ਲਈਆਂ, ਕਿਸੇ ਹੋਰ ਵਾਇਲੈਂਸ ਨੇ, ਸਟਰਗਲ ਨੇ ਹਿੰਦੁਸਤਾਨ ਦੇ ਵਿੱਚ ਕਿਸੇ ਪ੍ਰਾਈਮ ਮਿਨਿਸਟਰ ਦੀ ਜਾਨ ਨਹੀਂ ਲਈ ਸਰਵਿੰਗ ਦੀ। ਇਹ ਪੰਜਾਬ ਨਾਲ ਹੀ ਜੁੜਿਆ ਹੋਇਆ ਹੈ। ਤਾਂ ਸਾਨੂੰ ਮੇਰੇ ਖਿਆਲ ਸਭ ਸਿੱਖਣਾ ਚਾਹੀਦਾ ਕਿ ਜੋ ਕੁਛ ਪੰਜਾਬ 'ਚ ਪਹਿਲਾਂ ਵਾਪਰਿਆ ਹੈ, ਜਿਹੜੇ ਲੋਕ ਉਹਨਾਂ ਨੂੰ ਦੁਹਰਾਉਣਾ ਚਾਹੁੰਦੇ ਹੈ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਸ ਮੁਲਕ ਨੂੰ ਉਹਦੀ ਕੀਮਤ ਬਹੁਤ ਵੱਡੀ ਦੇਣੀ ਪੈਣੀ ਹੈ। ਇੱਕ ਚੀਜ਼ ਇਹ ਸਮਝਣਾ ਚਾਹੂੰਗਾ ਕਿ ਜਿਸ ਤਰੀਕੇ ਨਾਲ ਤਿੰਨ ਘਟਨਾਵਾਂ, ਮੈਂ ਸਿੰਘੂ ਬਾਰਡਰ ਦੀ ਗੱਲ ਦਾ ਵੀ ਜ਼ਿਕਰ ਕਰਾਂਗਾ ਔਰ ਪਿਛਲੇ ਸ਼ਨੀਵਾਰ ਔਰ ਅੱਜ ਦੀ ਜਿਹੜੀ ਘਟਨਾ ਹੈਗੀ ਹੈ, ਤਿੰਨ ਬੰਦੇ ਜਿਹੜੇ ਹੈਗੇ ਨੇ ਉਹ ਮਾਰੇ ਗਏ ਨੇ ਭੀੜ ਵੱਲੋਂ। ਇਹ ਜਿਹੜਾ ਮਾਰਨ ਦਾ ਰੁਝਾਨ ਹੈ ਇਹਦੇ ਬਾਰੇ ਤੁਸੀਂ ਕੀ ਸਮਝਦੇ ਹੋ? ਕਿ ਇਹ ਰੁਝਾਨ ਬੇਸਿਕਲੀ ਗਲਤ ਹੈ। ਮੈਂ ਲਿੰਚਿੰਗ ਦੇ ਖਿਲਾਫ ਹੈ, ਭਾਵੇਂ ਸਿੱਖ ਕਰ ਰਿਹਾ, ਹਿੰਦੂ ਕਰ ਰਿਹਾ, ਮੁਸਲਮਾਨ ਕਰ ਰਿਹਾ, ਕਿਉਂ ਕਿਸੇ ਨੂੰ ਮਾਰਨਾ ਕਿਸੇ ਜਿਹੜੇ ਐਸੇ ਇੰਸੀਡੈਂਟਸ ਹੈ ਉਹਨਾਂ ਦਾ ਸਲੂਸ਼ਨ ਨਹੀਂ। ਹਾਲਾਂਕਿ ਬੇਅਦਬੀ ਨੂੰ ਦੇ ਖਿਲਾਫ ਜਿਹੜਾ ਹੈਗਾ ਉਹ ਬਹੁਤ ਕਾਨੂੰਨ ਵੀ ਬਣਾਇਆ ਪੰਜਾਬ ਸਰਕਾਰ ਨੇ, ਬਕਾਇਦਾ ਵਿਧਾਨ ਸਭਾ ਦੇ ਵਿੱਚ ਪਾਸ ਵੀ ਕੀਤਾ ਔਰ ਅੱਜ ਜਦੋਂ ਐੱਸ ਆਈ ਟੀ ਦਾ ਗਠਨ ਕਿਹਾ ਕਿ ਦੋ ਦਿਨ ਦੇ ਵਿੱਚ ਰਿਪੋਰਟ ਜਿਹੜੀ ਹੈਗੀ ਆ ਉਹ ਪੰਜਾਬ ਸਰਕਾਰ ਰੱਖੇਗੀ ਦਰਬਾਰ ਸਾਹਿਬ ਵਾਲੀ ਜਿਹੜੀ ਘਟਨਾ ਹੋਈ ਹੈ। ਉਸ ਤੋਂ ਬਾਅਦ ਉੱਥੇ ਜ਼ਿਕਰ ਕੀਤਾ ਗਿਆ ਕਿ ਅਸੀਂ ਕਾਨੂੰਨ ਬਣਾਇਆ ਹੋਇਆ ਹੈ ਅਤੇ ਉਹ ਕਾਨੂੰਨ ਕੇਂਦਰ ਵੱਲੋਂ ਜਿਹੜਾ ਹੈ ਉਹ ਹਜੇ ਤੱਕ ਸਾਨੂੰ ਉਹਨੂੰ ਮਾਨਤਾ ਨਹੀਂ ਦਿੱਤੀ ਗਈ ਹੈਗੀ। ਜਿਹੜੇ ਕਾਨੂੰਨ ਹੈ ਕਿ ਸਖ਼ਤ ਕਾਨੂੰਨ ਬਣਾ ਕੇ, ਤੁਹਾਨੂੰ ਲੱਗਦਾ ਕਿ ਘਟਨਾਵਾਂ ਰੁਕ ਸਕਦੀਆਂ? ਨਹੀਂ, ਮੇਰੇ ਖਿਆਲ ਦੇ ਵਿੱਚ ਕਾਨੂੰਨ ਬਣਾ ਕੇ ਇਹ ਘਟਨਾਵਾਂ ਨਹੀਂ ਰੁਕ ਸਕਦੀਆਂ। ਤੁਸੀਂ ਕਾਨੂੰਨ ਜਿੰਨਾ ਮਰਜ਼ੀ ਸਖ਼ਤ ਬਣਾ ਲਓ, ਜਦ ਤੱਕ ਇਹ ਜਿਹੜੀ ਕਾਂਸਪੀਰੇਸੀਜ਼ ਹੈਗੀਆਂ, ਜਿਹੜੀਆਂ ਏਜੰਸੀ ਇਹ ਸਾਰਾ ਡਿਜ਼ਾਈਨ ਕਰ ਰਹੀ ਹੈ, ਗੱਲ ਉੱਥੇ ਹੈ। ਸੋ ਇਹਨਾਂ ਦਾ ਤੁਸੀਂ ਇਹਨਾਂ ਨੂੰ ਰੋਕਣ ਵਾਸਤੇ ਨਾ ਕਾਨੂੰਨ ਬਣਾਉਣ ਦੀ ਨਹੀਂ, ਉਹਦੇ ਨਾਲ ਗੱਲ ਨਹੀਂ ਬਣਦੀ। ਕਾਨੂੰਨ ਨਾਲ ਇਹ ਦੇਖਣਾ ਪਏਗਾ ਕਿ ਇਹ ਸਾਰੀ ਸਿਚੁਏਸ਼ਨ ਤੋਂ ਕੋਈ ਸਬਕ ਲਿਆ ਜਾ ਸਕਦਾ ਜਾਂ ਨਹੀਂ। ਇਹਨਾਂ ਨੂੰ ਪੰਜਾਬ ਨੂੰ ਆਈਸੋਲੇਟ ਕਰਕੇ ਇਸ ਇੰਸੀਡੈਂਟ ਨਾ ਦੇਖੋ। ਇਹਦਾ ਸਿਆਸੀ ਪ੍ਰਭਾਵ ਕੀ ਰਹੇਗਾ, ਕਿਉਂਕਿ ਚੋਣਾਂ ਵੀ ਨੇੜੇ ਨੇ? ਸਿਆਸੀ ਪ੍ਰਭਾਵ ਚੋਣਾਂ 'ਤੇ ਪਾਉਣਾ ਚਾਹੁੰਦੇ ਹੋ? ਇਸ ਵੇਲੇ ਪੰਜਾਬ ਦਾ ਹਿੰਦੂ, ਪੰਜਾਬ ਦਾ ਸਿੱਖ, ਪੰਜਾਬ ਦਾ ਦਲਿਤ, ਇਹ ਸਾਰੇ ਆਲਮੋਸਟ ਇਕੱਠੇ ਆ, ਬੜੇ ਸਾਲਾਂ ਤੋਂ ਇਕੱਠੇ ਹੈ। ਪੰਜਾਬ ਦੀ ਇੱਕ ਕਲਚਰ ਵੱਖਰੀ ਤਰ੍ਹਾਂ ਦੀ ਹੈ। ਇਹਦੇ 'ਚ ਜਦੋਂ ਟੈਂਸ਼ਨ ਬਹੁਤ ਸੀ ਮਿਲੀਟੈਂਸੀ ਵੇਲੇ, ਉਦੋਂ ਵੀ ਕਦੇ ਕਮਿਊਨਲ ਰਾਈਟਸ ਨਹੀਂ ਸੀ ਹੋਏ।
ਪੰਜਾਬ ਬਾਕੀ ਸਾਰੇ ਸੂਬਿਆਂ ਤੋਂ ਵੱਖਰੀ ਹੈ। ਇੱਥੇ ਹਿੰਦੂ ਸਿੱਖ ਦਾ ਜਿਹੜਾ ਰਿਲੇਸ਼ਨ ਹੈ ਉਹ ਹੋਰ ਤਰ੍ਹਾਂ ਦਾ, ਉਹਦੇ 'ਚ ਭਾਈਚਾਰਾ ਵੀ ਹੈ। ਇਹ ਹਿੰਦੂ ਮੁਸਲਮਾਨ ਵਾਲਾ ਰਿਸ਼ਤਾ ਨਹੀਂ ਹੈ, ਹਿੰਦੂ ਸਿੱਖ ਬਿਲਕੁਲ ਵੱਖਰੀ ਤਰ੍ਹਾਂ ਦਾ ਰਿਸ਼ਤਾ ਹੈ। ਉਹਨੂੰ ਹੁਣ ਮੇਰੇ ਖਿਆਲ 'ਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਤੇ ਇਹਦਾ ਫਾਇਦਾ ਸਮਝ ਆਉਂਦਾ ਹੌਲੀ ਹੌਲੀ ਕਿ ਕਿਹਨੂੰ ਹੋ ਸਕਦਾ, ਕਿਹੜੀਆਂ ਫੋਰਸਿਸ ਹੈ ਜਿਹੜੀਆਂ ਲੋਕਾਂ ਨੂੰ ਵੱਢ ਕੇ ਇਲੈਕਸ਼ਨ ਦੇ ਵਿੱਚ ਜਾਣਾ ਚਾਹੁੰਦੀਆਂ। ਪਰ ਦੇਸ਼ ਨੂੰ ਫਿਰ ਮੈਂ ਰਿਪੀਟ ਕਰ ਰਿਹਾ ਵੀ ਕੀਮਤ ਉਹਦੀ ਬਹੁਤ ਵੱਡੀ ਦੇਣੀ ਪਏਗੀ।